ਰਾਤ ਨੂੰ ਟੰਬਨੀ ਪਾਈ ਕਹਿੰਦੇ ਸਾਨੂੰ ਟੰਬਾ ਕਰ ਮੁੰਡੇ ਨੂੰ ਫੋਨ ਗੱਲ ਸੁਣਦੇ ਹੋ ਗੱਲ ਸੁਣਦੇ ਹੋ ਗੱਲ ਸੁਣ ਇਹ ਰਾਤ ਨੂੰ ਕੰਨ ਲੱਗ ਪਈ ਆ ਵੀ ਮੈਨੂੰ ਤੁਸੀਂ ਚੈਨੀ ਲੈ ਕੇ ਦਿਓ ਤੇ ਇੱਕ ਗਲ ਦੀ ਤੇ ਕੰਨਾਂ ਦੀਆਂ ਲੈ ਕੇ ਗੇੜੇ ਲੱਗਣੇ ਨਹੀਂ ਮੈਥੋਂ ਤੇਰੇ ਸ਼ਹਿਰ ਦੇ ਨਾ ਤੇ ਜੁੜਦੇ ਨਹੀਂ ਪਿੰਡਾਂ ਨਾਲ ਸ਼ਹਿਰ ਦੇ ਤੇਰੇ ਨਖਰੇ ਪੂਰੇ ਨਹੀਂ ਕਰ ਸਕਦਾ ਨੀ ਪੁੱਤ ਹੰਗਰੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੇਰੇ ਨਖਰੇ ਪੂਰੇ ਨਹੀਂ ਕਰ ਸਕਦਾ ਰਾਤੀ ਦੇ ਮੀਂਹ ਪੈ ਗਿਆ ਕਲੇਸ਼ ਵਿਆਹ ਕੇ ਲਿਆਂਦੀ ਲਾੜੀ ਨਵਾਂ ਸ਼ਹਿਰ ਦੇ ਪਿੰਡ ਓੜ ਦੇ ਵਿੱਚ ਹੋਈ ਘਟਨਾ ਸਵਾਗਰਾਤ ਦੇ ਸਵੇਲੇ ਹੀ ਵੋਟੀ ਨੇ ਪਾਤਾ ਕਲੇਸ਼ ਕਹਿੰਦੀ ਆਈਫੋਨ ਦਿਓ ਕਹਿੰਦੀ ਚੈਨ ਦਿਓ ਕਹਿੰਦੀ ਤੁੰਬਾ ਦਿਓ ਫਿਰ ਕਹਿੰਦੀ ਤੁਹਾਡਾ ਤਾਂ ਮਕਾਨ ਹੀ ਕੱਚਾ ਮੈਂ ਨਹੀਂ ਰਹਿਣਾ ਮੈਂ ਨਹੀਂ ਰਹਿਣਾ ਮੈਂ ਨਹੀਂ ਰਹਿਣਾ ਪੈ ਗਈ ਕਿਲ ਕਿਲ ਅਤੇ ਤੁਰ ਗਈ ਨਵੀਂ ਵਿਆਹੀ ਨੂੰ ਕਿਉਂਕਿ ਡਿਮਾਂਡਾਂ ਹਾਈ ਸੀ ਅਤੇ ਇਹ ਵਿਚਾਰਾ ਨਖਰੇ ਕਿੱਥੋਂ ਪੂਰੇ ਕਰ ਦਿੰਦਾ ਕਿੱਥੋਂ ਪੂਰੇ ਕਰ ਦਿੱਤਾ ਤੁਸੀਂ ਆਪ ਹੀ ਸੁਣ ਲਵੋ ਆਖਿਰਕਾਰ ਸੁਹਾਗਰਾਤ 'ਤੇ ਕਿਉਂ ਪਈ ਕਿਲ 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 ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਕਲੇਰ ਦੀ ਰਿਪੋਰਟ21-10-2024 ਨੂੰ ਤੁਹਾਡਾ ਵਿਆਹ ਹੁੰਦਾ ਤੇ ਮੈਂ ਜੋ ਦੇਖ ਰਿਹਾ ਤੁਹਾਡਾ ਪਹਿਲੀ ਰਾਤ ਹੀ ਆ ਜਿਹੜਾ ਦੇਖੋ ਤੁਸੀਂ ਚੂੜਾ ਉੱਠ ਕੇ ਜਿਹੜਾ ਬੈਠ ਕੇ ਸੁਲਿਆ ਹੋਇਆ ਅਤੇ ਇਹ ਤੁਹਾਡਾ ਮਤਲਬ ਆਪਸੀ ਵਿਤਕਰਾ ਹੋ ਗਿਆ ਪਹਿਲੀ ਰਾਤ ਹੀ ਅਜੇ ਕੋਈ ਸ਼ਗਨ ਵਿਹਾਰ ਨਹੀਂ ਹੋਇਆ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਾਰਨ ਕੀ ਹੋਇਆ ਮੈਨੂੰ ਘਰ ਨਹੀਂ ਚੰਗਾ ਲੱਗਾ ਸਾਰਾ ਕੁਝ ਝੂਠ ਬੋਲ ਕੇ ਕੀਤਾ ਠੀਕ ਆ ਇਹਨੇ ਇਹ ਗੱਲ ਕਹੀ ਸੀ ਘਰ ਲੈਂਟਰ ਪਿਆ ਸਾਡੇ ਠੀਕ ਆ ਇਹ ਵੀ ਝੂਠ ਬੋਲਿਆ ਉੱਤੇ ਇਹਨਾਂ ਦੀਆਂ ਜਨਾਨੀਆਂ ਮੈਨੂੰ ਚੜ ਚੜ ਪੈਂਦੀਆਂ ਠੀਕ ਆ ਉੱਤੋਂ ਇਹ ਕਦੀ ਕਹਿੰਦੀਆਂ ਤੂੰ ਪੁਲਿਸ ਰਿਹਾ ਤਾਂ ਕਹਿੰਦੀਆਂ ਮੈਨੂੰ ਇਸ ਕਰਕੇ ਮੈਂ ਨਹੀਂ ਰਹਿਣਾ ਤੇ ਕੋਈ ਹੋਰ ਵਜ੍ਹਾ ਹੋਵੇ ਕੋਈ ਦੇਖੋ ਕਿਉਂਕਿ ਕੋਈ ਲੜਕੇ ਦੇ ਵਿੱਚ ਵੀ ਕੋਈ ਅਜੇ ਤੁਸੀਂ ਉਹਨੂੰ ਦੇਖਿਆ ਨਹੀਂ ਹੈਗਾ ਚੰਗੀ ਤਰ੍ਹਾਂ ਇਹ ਪਹਿਲਾਂ ਨਹੀਂ ਦੇਖਿਆ ਸੀ ਘਰ ਤੁਸੀਂ ਬਸ ਮੈਂ ਹੀ ਨਹੀਂ ਇਹ ਤੁਸੀਂ ਦੱਸੋ ਮੈਨੂੰ ਕਿ ਪਹਿਲਾਂ ਘਰ ਦੇਖਿਆ ਸੀ ਤੁਸੀਂ ਜਦੋਂ ਤੁਹਾਡਾ ਰਿਸ਼ਤਾ ਹੋਇਆ ਨਹੀਂ ਮੈਂ ਨਹੀਂ ਘਰ ਦੇਖਣਾ ਸੀ ਮੇਰੀ ਸਿਸਟਰ ਘਰ ਦੇਖਣਾ ਸੀ ਅੱਛਾ ਇੱਕ ਘਰ ਤੋਂ ਲੈ ਕੇ ਤੁਸੀਂ ਆਪਣਾ ਇਹ ਫਿਰ ਰਿਸ਼ਤਾ ਤੋੜ ਦਿੱਤਾ ਪਤੀ ਨਾਲ ਹਾਂ ਤੋੜਤਾ ਮੈਂ ਘਰ ਤੇ ਤੋੜਤਾ ਮੇਰਾ ਨਾਮ ਭੁਪਿੰਦਰ ਕੁਮਾਰ ਵਿਆਹ ਸਾਡਾ ਜੀ 21 ਤਰੀਕ ਨੂੰ ਹੋਇਆ ਸਰ ਤੇ 21 ਤਰੀਕ ਰਾਤ ਨੂੰ ਹੀ ਤੁਹਾਡੀ ਮਿਸਿਸ ਨਾਲ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਜਿਹਦੇ ਨਾਲ ਤੁਸੀਂ ਹੁਣੀ ਤੁਹਾਡਾ ਦੂਜੇ ਦਿਨ ਹੀ ਤਲਾਕ ਹੋ ਜਾਂਦਾ ਹੈ ਖਾਂਗੀ ਪੰਚਾਇਤ ਵਿੱਚ ਤੇ ਇਹਦਾ ਕੀ ਕਾਰਨ ਹੈ ਮਤਲਬ ਕੀ ਗੱਲ ਕੀ ਹੋਈ ਕਾਰਨ ਸਰ ਕੁਛ ਵੀ ਨਹੀਂ ਗਾ ਬਈ ਉਹਨਾਂ ਨੇ ਕਿਹਾ ਵਾ ਸੀਗਾ ਪਹਿਲਾਂ ਗੱਲ ਹੋਰ ਹੋਈ ਸੀਗੀ ਬਈ ਆਪਾਂ ਮੈਂ ਤੁਹਾਡੇ ਘਰ ਦੇ ਵਿੱਚ ਜਿੱਦਾਂ ਦੇ ਵੀ ਹਾਲਾਤ ਉਦਾਂ ਦੇ ਟਾਈਮ ਆਪਾਂ ਮੈਂ ਕੱਟ ਲਵਾਂਗੀ ਤੇ ਬਾਅਦ ਦੇ ਵਿੱਚ ਉਹਨੇ ਸਾਨੂੰ ਇਹ ਗੱਲ ਕੀਤੀ ਵੀ ਰਾਤ ਨੂੰ ਕੰਨ ਲੱਗ ਪਈ ਆ ਵੀ ਮੈਨੂੰ ਤੁਸੀਂ ਚੈਨੀ ਲੈ ਕੇ ਦੇਵੋ ਅਤੇ ਇੱਕ ਗਲ ਦੀ ਅਤੇ ਕੰਨਾਂ ਦੀਆਂ ਲੈ ਕੇ ਦੇਵੋ ਵਾਲੀਆਂ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਂ ਇੰਨੇ ਯੋਗ ਹੈ ਨਹੀਂ ਗਾ ਅਤੇ ਉਹ ਉਹਨਾਂ ਨੇ ਇਸ ਗੱਲ ਦਾ ਰੱਫੜ ਪਾ ਲਿਆ ਵੀ ਬਈ ਮੈਂ ਇੱਦਾਂ ਕਰ ਲੈਣੀ ਮੈਂ ਉੱਦਾਂ ਕਰ ਲੈਣੀ ਆ ਮੈਨੂੰ ਤਾਂ ਵੀ ਤਾਂ ਤਵੀ ਕੱਲੂ ਸਵੇਰ ਨੂੰ ਚਾਹੀਦੀ ਆ ਮੈਂ 23 ਤਰੀਕ ਨੂੰ ਜਾਣਾ ਆ ਜੇ ਆ ਉਹ ਆ ਕਿੰਤੂ ਆ ਪਰੰਤੂ ਇੱਦਾਂ ਲਾਪੇ ਕੰਨ ਫਿਰ ਕੁੜੀ ਨੇ ਚੂੜਾ ਲਾ ਕੇ ਥੱਲੇ ਮਾਰਿਆ ਅਤੇ ਇੱਥੇ ਕੱਪੜੇ ਲਾਉਣ ਲੱਗ ਪਈ ਸਾਹਮਣੇ ਅਤੇ ਇਹੀ ਗੱਲ ਹੋਈ ਆ ਫਿਰ ਰਾਹਾ ਲੈਣ ਦਾ ਵੀ ਕੋਸ਼ਿਸ਼ ਕਰਨ ਲੱਗੀ ਅਸੀਂ ਕਹਿੰਦੀ ਮੈਂ ਬਲੇਟ ਮਾਰ ਲੈਣੇ ਆ ਮੈਂ ਪਹਿਲਾਂ ਵੀ ਜਿੱਥੇ ਕਰਕੇ ਆਈ ਹਾਂ ਉਹਨਾਂ ਨੂੰ ਵੀ ਅਕਲ ਦਿੱਤਾ ਇਹ ਕਿਆ ਚੀਜ਼ ਹੋ ਗਈ ਕਰ ਲੈਣ 12,000 ਰੁਪਇਆ ਦਿੱਤਾ ਸੀਗਾ ਵੀ ਰਿਸ਼ਤਾ ਕਰਵਾਉਣ ਦਾ ਤਾਂ ਵੀ ਰਿਸ਼ਤਾ ਆਪਣਾ ਹੋ ਜੂਗਾ ਹੈ ਨਾ ਚੱਲ ਕੋਈ ਨਹੀਂ ਵੀ ਕੁੜੀਆਂ ਦੇ ਦੂਜਾ ਹੋਊਗਾ ਨਾ ਘਰ ਦੇ ਹਰੇ ਕੋਈ ਇਹੀ ਸੋਚਦਾ ਹੈ ਨਾ ਵੀ ਅਤੇ ਤਾਂ ਉਹਨਾਂ ਨੂੰ ਦਿੱਤੇ ਸੀਗੇ ਪੈਸੇ ਕਹਿੰਦੀ ਤੇ ਮੈਂ ਫੋਨ ਕਰੀ ਗਈਆਂ ਜਾਦੀਆਂ ਆਈਆਂ ਆ ਬਾਹਰ ਖੜ ਕੇ ਹੀ ਕਰਦੀ ਸੀਗੀ ਜਿਦਾਂ ਦਾ ਹੈਗਾ ਆ
ਵੀ ਦੇਖ ਲਓ ਜੇ ਤੁਹਾਡੇ ਫਿੱਟ ਆਉਂਦੀ ਗੱਲ ਕਰ ਲਵੋ ਨਹੀਂ ਤਾਂ ਨਾ ਸਹੀ ਨਾ ਸਹੀ ਲਾ 1.5 ਲੱਖ ਰੁਪਈਆ ਮੇਰਾ ਲੱਗਾ ਆ ਕੰਗਣੇ ਜੋ ਸਾਰੀ ਚੀਜ਼ ਮੈਂ ਰਾਤੀ ਕੋਈ ਚੂੜਿਆ ਤੁਸੀਂ ਕਹਿੰਦੇ ਚੂੜਾ ਚੂੜਾ ਭੰਨਿਆ ਨਾਲੇ ਫਰਾਹ ਲੈਂਦੀ ਆ ਨਾਲ ਨੱਠ ਨੱਠ ਕੇ ਕੱਪੜੇ ਸਾਹਮਣੇ ਖੋਲਣ ਲੱਗ ਪਈ पुत मैं फड़ के गया तू मेरी धी आ सारा खर्चा आप किता मैं पैसा पैसा लाया किसी तो मंग मंग लिया ਸਾਨੂੰ ਇਨਸਾਫ ਚਾਹੀਦਾ ਇਹ ਹੈਗੇ ਆ ਲੋਟੂ ਇਹ ਗਾਹਾਂ ਤੋਂ ਗਾਹਾਂ ਇਹੀ ਕੰਮ ਕਰਦੇ ਨੇ ਮੈਂ ਬਹੁਤ ਦੇਖੀ ਹੋਈ ਕਹਿੰਦੇ ਮੈਂ ਬਹੁਤ ਦੇਖੀ ਹੋਈ ਦਾਦੀ ਕਹਿੰਦੀ ਮੈਂ ਦਾਦੀ ਕਹਿੰਦੀ ਕਹਿੰਦੀ ਵੀ ਆ ਇੱਕ ਮੈਂ ਤਾਂ ਕਹਿੰਦੀ ਕੰਨਾ ਵੀ ਕੁੜੀ ਕਹਿੰਦੀ ਜਿਹੜੀ ਬਿਆਦੜਿਆ ਕਹਿੰਦੀ ਉਹ ਕੰਦਾ ਵੀ ਟੱਪ ਲੈਣੀ ਕਹਿੰਦੀ ਮੈਂ ਤਾਂ ਹੈਰਾਨੀ ਇੱਕ ਹੋਰ ਗੱਲ ਦੀ ਆ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਪਿੰਡ ਕਿਹੜਾ ਤੇ ਇਦਾਂ ਤਾਂ ਮੈਨੂੰ ਪਤਾ ਨਹੀਂ ਉਹ ਕਹਿੰਦੇ ਕਹਿੰਦੇ ਸਾਡਾ ਪਿੰਡ ਮੇਲੀ ਆ ਕਹੇ ਜਿਹੜੀ ਵਿਚੋਲਾ ਹੀ ਦਿੰਦੀ ਜਿਹੜੀ ਖਰ ਆ ਜਿਹੜੀ ਕੁੜੀ ਇਹਦੀ ਖਰ ਮਾਂ ਆ ਮੇਲੀ पता नहीं की आ मेले या को कुड़ी होर ले आंदी रखी हुआ 12,000 रुपया मेतो ले लिया नगद ले लिया मेतो ने अच्छा 12,000 रुपया लेके ब्याह करवाया आहो बचोलल ने ओ ए ने जड़ी ए दी मां आ अच्छा जी मां आ कुड़ी दी आ जड़ी मोटी जही मासी 12,000 रुपया सब तो लिया ते बाद च साडे नाल अच्छा चल हो मेरा घर बाद 12,000 भावे मैं ते 20 ले दे चल हो मेरे मुंडा ब्याह हुंदा हो मेरे रोटी पकदी हो मेरे घर वाली ढिल्ली रहंदी आ मैं भी ढिल्ला रहना मैं तो कड़ काम होंगे मेरे हाथ बाटो मेरा इदा मैं इदा करके खो पटे लिया हम चाहते की तो बस ਸਾਡਾ ਕਿਸੇ ਹੋਰ ਨੂੰ ਵੀ ਲੁੱਟ ਸਕਦੀ ਆ ਜਿੱਦਾਂ ਸਾਨੂੰ ਰਾਤ ਨਾ ਕੀਤਾ ਸਾਡਾ ਭਰਾ ਰਾਤ ਦਾ ਅਟੈਕ ਹੋਇਆ ਆ ਸਾਡਾ ਭਰਾ ਮੇਰਾ ਮੁੰਡਾ ਮਾਰ ਲਿਆ ਮੈਂ ਮਾਰ ਕੇ ਬਚ ਗਿਆ ਮੈਂ ਕਿਸੇ ਹੋਰ ਦਾ ਘਰ ਵੀ ਉਜਾੜ ਸਕਦੀ ਜੇ ਮੇਰਾ ਮੁੰਡਾ ਮਰ ਜਾ ਤੇ ਮੈਂ ਕੀ ਪੈਸੇ ਤੇ ਲੋ ਦੇ ਮੇਰੇ ਫੂਕੜੀ ਮੈਂ ਕਰਨੀ ਆ ਬਹੁਤ ਖਰਾਬ ਕੰਮ ਆ ਇਹ ਇਨੀ ਧੰਦਾ ਛੇੜਿਆ ਸਾਨੂੰ ਤਾਂ ਇਹ ਲੁੱਟਣੀ ਆ ਨਿੰਦਰ ਨੂੰ ਮਿਲਿਆ ਚਾਚੇ ਦੇ ਅਰਜੈਂਟ ਵੀ ਪਹੁੰਚ ਆ ਕੋਲੇ ਸੀ ਨਾਲੇ ਪੁੱਛ ਲੈ ਕਿਦਾਂ ਹੁੰਦੀ ਸੀ ਉਹਨੇ ਮੈਨੂੰ ਕਾਰਵਾਈ ਕਰਨੀ ਅਸੀਂ ਸਾਡਾ ਘਰ ਪੱਟ ਲਿਆ ਜੀ ਸਾਨੂੰ ਲੁੱਟ ਲਿਆ ਅਸੀਂ ਚਾਹੁੰਦੇ ਹਾਂ ਕੋਈ ਗਰੀਬ ਨਾ ਪੱਟ ਹੋ ਜਾਵੇ।